ਇੰਡੀਆ ਨਿਊਜ਼ ਗੱਲ ਕਰਾਂਗੇ ਗੁਰਦਾਸਪੁਰ ਦੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਗੰਨਾ ਸ਼ੂਗਰ ਮਿੱਲ ਦਾ ਉਦਘਾਟਨ ਕਰਕੇ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਗੰਨਾ ਕਿਸਾਨਾਂ ਨੂੰ ਉਹਨਾਂ ਦੀ ਬਕਾਇਆ ਰਾਸ਼ੀ ਕਿਸੇ ਵੀ ਹਾਲ ਦੇ ਵਿੱਚ ਦਿੱਤੀ ਜਾਏਗੀ। ਨਾਲ ਹੀ ਰੰਧਾਵਾ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ 'ਤੇ ਬੋਲਦਿਆਂ ਕਿਹਾ ਕਿ ਉਹ ਇੱਕ ਮਜੀਠੀਆ ਦੀ ਹਰ ਇੱਕ ਇਲਜ਼ਾਮ ਦਾ ਢੁੱਕਵਾਂ ਜਵਾਬ ਜਲਦੀ ਦੇਣਗੇ। ਆਪਦੇ ਰੰਗ ਆ ਜਾਓ, ਉਹਨੂੰ ਆਦਤ ਹੈ ਬੋਲਣ ਦੀ, ਉਹਨੂੰ ਮੈਂ ਸੋਮਵਾਰ ਚੰਗੀ ਤਰ੍ਹਾਂ ਉਹਦਾ ਜਵਾਬ ਦੇਵਾਂਗਾ ਔਰ ਪੁਆਇੰਟ ਬਾਈ ਪੁਆਇੰਟ ਦੇਵਾਂਗਾ, ਫਿਰ ਉਹਨੂੰ ਮੈਂ ਕਹਾਂਗਾ ਕਿ ਹੁਣ ਬੋਲ। ਇਹ ਜਿਹੜੇ ਮਰਡਰ ਹੋਣੇ ਵਾਕਿਆ ਬੜੀ ਮੰਦਭਾਗੀ ਗੱਲ ਹੈ, ਪਰ ਉਹਦੇ 'ਚ ਮੈਂ ਇਹ ਵੀ ਗੱਲ ਪੁੱਛਣੀ ਚਾਹੁੰਦਾ, ਜਿਹੜਾ ਬਿਕਰਮ ਅੱਜ ਲਾਅ ਐਂਡ ਆਰਡਰ ਦੀ ਗੱਲ ਕਰਦਾ, ਉਹਨੂੰ ਪੁੱਛਣਾ ਚਾਹੁੰਦਾ ਕਿ ਜਿਸ ਦਿਨ ASI ਨੂੰ ਮਾਰ ਕੇ ਅਤੇ ਉੱਥੇ ਭੰਗੜਾ ਪਾਇਆ ਗਿਆ ਸੀ, ਉਸ ਦਿਨ ਲਾਅ ਐਂਡ ਆਰਡਰ ਕਿੱਥੇ ਸੀ? ਤੁਹਾਡੇ ਸਾਹਮਣੇ ਆ ਡੇਰਾ ਬਾਬਾ ਨਾਨਕ ਕਾਲਾ ਵਾਲ 'ਚ ਪਰਿਵਾਰ ਦੇ ਇੱਕੋ ਪਰਿਵਾਰ ਦੇ ਜੀ ਮਾਰ ਦਿੱਤੇ ਗਏ ਇੱਕ ਅਕਾਲੀ ਸਰਪੰਚ ਨੇ, ਅਤੇ ਇਹੀ ਬਿਕਰਮ ਮਜੀਠੀ ਆ ਉੱਥੇ ਵਿਧਾਨ ਸਭਾ 'ਚ ਉਹਨਾਂ ਦੀ ਸਾਈਡ ਲੈ ਰਿਹਾ ਸੀ, ਉਸ ਵੇਲੇ ਲਾਅ ਐਂਡ ਆਰਡਰ ਕਿੱਥੇ ਸੀ? ਹੋਰ ਜਿਹੜੇ ਕਤਲ ਹੋਏ ਨੇ, ਇਹ ਕਤਲ ਹੋਣਾ ਇਹ ਲੋਕਾਂ ਦੀ ਜਾਤੀ ਦੁਸ਼ਮਣ ਹੈ, ਪਰ ਇਹਦੇ 'ਤੇ ਸਾਨੂੰ ਜੇ ਧਿਆਨ ਟਾਈਮ ਨਾਲ ਦਿੱਤਾ ਜਾਏ ਤਾਂ ਇਹ ਰੋਕ ਵੀ ਸਕਦੇ ਨੇ। ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਧਿਆਨ 'ਚ ਵੀ ਨਹੀਂ ਹੁੰਦੀਆਂ, ਜਿਹੜੀਆਂ ਇਹਨਾਂ ਦੇ ਕਾਲ ਸੁਣੀਆਂ ਹੁੰਦੀਆਂ ਨੇ, ਅਤੇ ਜਿਸ ਆਰਮੀ ਦੀ ਇਹ ਗੱਲ ਕਰਦਾ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਬੱਚੇ ਹੋਵੋਗੇ ਉਦੋਂ 84 ਦੀ 85 ਦੀ ਗੱਲ ਆ, ਅਤੇ ਕਿਹੜੀ ਸਰਕਾਰ ਕਹਿ ਰਹੀ ਹੈ ਮੈਨੂੰ ਨਹੀਂ ਪਤਾ। ਪੰਜਾਬ ਸਰਕਾਰ ਦੇ ਮਨਪ੍ਰੀਤ ਬਾਦਲ ਨੂੰ ਪਤਾ ਹੋਏਗਾ, ਮੇਰੀਆਂ ਜੇਲ੍ਹਾਂ 'ਚ ਖਾਣਾ ਵੀ ਜਾ ਰਿਹਾ, ਮੇਰੇ ਦਿਲ ਦਾ ਅੰਤ ਦੁੱਧ ਵੀ ਜਾ। ਹਰ ਤਰ੍ਹਾਂ ਦੇ ਹੱਡੀਆਂ, ਜੋੜਾਂ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀਆਂ ਦਾ ਇਲਾਜ ਵਿਦੇਸ਼ਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ ਨਾਲ ਕੀਤਾ ਜਾਂਦਾ ਹੈ। ਸੰਪਰਕ ਕਰੋ NK ਅਗਰਵਾਲ ਜੁਆਇੰਟ ਐਂਡ ਸਪਾਈਨ ਸੈਂਟਰ, BRS ਨਗਰ, ਲੁਧਿਆਣਾ, 9709663639।